ਰਾਜਨੀਤੀ ਦਾ ਰੰਗ ਵੀ ਬੜਾ ਅਜੀਬ ਹੁੰਦਾ ਹੈ, ਉਹੀ ਦੁਸ਼ਮਣ ਬਣਦਾ ਹੈ ਜੋ ਸਭ ਤੋਂ ਕਰੀਬ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਅਮਨਪ੍ਰੀਤ ਕੌਰ। ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤੁਹਾਡੇ ਸਨਮੁਖ ਹਾਜ਼ਰ ਹਾਂ ਲੋਕ ਸਭਾ ਚੋਣਾਂ ਤੇ ਆਧਾਰਿਤ ਪ੍ਰੋਗਰਾਮ ਲੈ ਕੇ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਲੋਕ ਸਭਾ ਸੀਟ ਦੀ ਗੱਲ ਕਰਦੇ ਹਾਂ ਤੇ ਅੱਜ ਅਸੀਂ ਜਿਸ ਸੀਟ ਦੀ ਗੱਲ ਕਰਾਂਗੇ ਉਹ ਆਪਣੇ ਆਪ ਵਿੱਚ ਹੀ ਬਹੁਤ ਅਹਿਮੀਅਤ ਰੱਖਦੀ ਹੈ ਕਿਉਂਕਿ ਇਸ ਸੀਟ ਤੇ ਬਾਲੀਵੁੱਡ ਦਿੱਗਜ ਕਬਜ਼ਾ ਕਰ ਚੁੱਕੇ ਨੇ। ਸਿਆਸਤ ਚ ਕੀ ਖਿਡਾਰੀ ਕੀ ਐਕਟਰ ਸਾਰੇ ਹੀ ਆਪਣੀ ਕਿਸਮਤ ਅਜ਼ਮਾਣ ਤੇ ਲੱਗੇ ਹੋਏ ਨੇ ਤੇ ਹੁਣ ਗੁਰਦਾਸਪੁਰ ਤੋਂ ਭਾਜਪਾ ਨੇ ਬਾਲੀਵੁੱਡ ਅਦਾਕਾਰ ਤੇ ਦਾਅ ਖੇਡਿਆ ਅਤੇ ਗਦਰ ਦੇ ਸਨੀ ਦਿਓਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਉਧਰ ਕਾਂਗਰਸ ਵੱਲੋਂ ਮੁੜ ਤੋਂ ਸੁਨੀਲ ਜਾਖੜ ਨੂੰ ਟਿਕਟ ਦਿੱਤੀ ਗਈ ਹੈ ਜਦਕਿ ਆਪ ਦੇ ਵੱਲੋਂ ਪੀਟਰ ਮਸੀਹ ਅਤੇ ਪੀਡੀਏ ਨੇ ਲਾਲ ਚੰਦ ਨੂੰ ਚੋਣਾਂ ਦੇ ਜੰਗੀ ਮੈਦਾਨ ਦੇ ਵਿੱਚ ਉਤਾਰਿਆ। ਅੱਜ ਜਾਣਾਂਗੇ ਅਸੀਂ ਗੁਰਦਾਸਪੁਰ ਸੀਟ ਦਾ ਸੂਰਤੇ ਹਾਲ। ਸਭ ਤੋਂ ਪਹਿਲਾਂ ਗੁਰਦਾਸਪੁਰ ਦੇ ਮੌਜੂਦਾ ਸਾਂਸਦ ਸੁਨੀਲ ਜਾਖੜ ਦੀ ਗੱਲ ਕਰ ਲੈਂਦੇ ਹਾਂ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਨੇ ਜ਼ਿਮਨੀ ਚੋਣ ਜਿੱਤ ਕੇ ਗੁਰਦਾਸਪੁਰ ਤੇ ਕਬਜ਼ਾ ਕੀਤਾ। ਜਾਖੜ ਨੇ ਕਿਹਾ ਕਿ ਗੁਰਦਾਸਪੁਰ ਅਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨਗੇ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਹਨਾਂ ਨੇ ਲੋਕਾਂ ਦੇ ਦਿਲਾਂ ਤੱਕ ਆਪਣੀ ਪਹੁੰਚ ਕੀਤੀ ਹੈ। ਜਾਖੜ ਨੇ ਅਕਾਲੀਆਂ ਤੇ ਭਾਜਪਾ ਤੇ ਨਿਸ਼ਾਨਾ ਸਾਧ ਦਿੱਤਾ ਹੈ ਅਤੇ ਕਿਹਾ ਕਿ ਲੋਕ ਦੋਨਾਂ ਪਾਰਟੀਆਂ ਤੋਂ ਬਹੁਤ ਦੁਖੀ ਹੋ ਚੁੱਕੇ ਨੇ। ਸੁਨੀਲ ਜਾਖੜ ਨੇ ਸੁਖਵੀਰ ਬਾਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੁਖਵੀਰ ਬਾਦਲ ਦੀ ਰੱਸੀ ਜਲ ਗਈ ਪਰ ਵੱਟ ਨਹੀਂ ਕਿਹਾ। ਜਾਖੜ ਦਾ ਕਹਿਣਾ ਹੈ ਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਤਿਆਰ ਹੈ ਨਹੀਂ ਕਿਉਂਕਿ ਭਾਜਪਾ ਦੇ ਹੁਕਮਰਾਨਾਂ ਨੇ ਹਾਰ ਮੰਨ ਲਈ ਹੈ ਅਤੇ ਮੋਦੀ ਦੀ ਲਹਿਰ ਦੀ ਕਾਫੀ ਚਰਚਾ ਕੀਤੀ ਜਾਂਦੀ ਸੀ ਪਰ ਮੋਦੀ ਦੀ ਲਹਿਰ ਹੁਣ ਖਤਮ ਹੋ ਚੁੱਕੀ ਹੈ ਤੇ ਜੇਕਰ ਮੋਦੀ ਦੇ ਨਾਮ ਨੂੰ ਵੋਟਾਂ ਪੈਣਗੀਆਂ ਤਾਂ ਜਾਖੜ ਨੇ ਤਿੱਖਾ ਤੰਜ ਕਰ ਦਿੱਤਾ ਅਤੇ ਕਿਹਾ ਕਿ ਸੱਚ ਹੁਣ ਸਭ ਦੇ ਸਾਹਮਣੇ ਆ ਗਿਆ। ਮੋਦੀ ਨੇ ਸਨੀ ਦਿਓਲ ਦਾ ਲੜ ਫੜ ਰੱਖਿਆ ਇਸ ਕਰਕੇ ਉਹਨਾਂ ਨੂੰ ਮੁਕਾਬਲੇ ਦਾ ਕੋਈ ਡਰ ਹੀ ਨਹੀਂ ਕਿਉਂਕਿ ਉਹਨਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ। ਜਾਖੜ ਨੇ ਕਿਹਾ ਕਿ ਸਨੀ ਦਿਓਲ ਸਿਰਫ ਵਧੀਆ ਐਕਟਿੰਗ ਕਰ ਸਕਦੇ ਨੇ ਪਰ ਰਾਜਨੀਤੀ ਇੱਕ ਸੇਵਾ ਹੁੰਦੀ ਹੈ। ਦੇਖੋ ਪੰਜਾਬ ਦੇ ਲੋਕ ਭੋਲੇ ਤਾਂ ਜ਼ਰੂਰ ਹੈ ਵੀ ਇਹ ਜੇ ਲੋਕਾਂ ਨੂੰ ਜਿਨ੍ਹਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੋਵੇ ਅਸਲ ਚਿਹਰਾ 10 ਸਾਲਾਂ ਬਾਅਦ ਸਾਹਮਣੇ ਇਹਨਾਂ ਨੂੰ 10 ਸਾਲ ਤਾਂ ਰਾਜ ਭਾਗ ਦੇਤਾ ਇਹਨਾਂ ਦੇ ਅਕਾਲੀਆਂ ਦੇ ਪੰਜ ਪੰਜ ਵਾਰੀ ਪਰਿਵਾਰ 'ਚ ਮੁੱਖ ਮੰਤਰੀ ਰਹਿ ਗਏ ਭੋਲੇ ਤਾਂ ਹੈਗੇ ਪੰਜਾਬੀ ਪਰ ਜਿਹੜਾ ਪੰਜਾਬ ਦੇ ਲੋਕ ਸਿਆਣਪ ਉਦੋਂ ਦਿਖਾਈ ਹੈ ਜਦੋਂ ਇਹ ਲੋਕ 25 ਸਾਲ ਜਿਹੜੇ ਰਾਜ ਕਰਨ ਦਾ ਸੁਪਨਾ ਦੇਖਦੇ ਸੀਗੇ ਅੱਜ ਅਕਾਲੀ ਦਲ ਹਾਸ਼ੀਏ 'ਤੇ ਬੈਠਾ ਰਾਜਨੀਤਿਕ ਹਾਸ਼ੀਏ 'ਤੇ ਸਮੇਟ ਕੇ ਛੱਡਤਾ ਅਤੇ ਐਤਕੀ ਜਮ੍ਹਾਂ ਹੀ ਨਿਬੇੜਾ ਹੋ ਜੂਗਾ ਫਿਰ ਸੁਖਬੀਰ ਜੀ ਨੂੰ ਪਤਾ ਲੱਗੂਗਾ ਪੰਜਾਬ ਦੇ ਲੋਕ ਕਿੰਨੇ ਸਿਆਣੇ। ਦੇਖੋ ਮੈਂ ਕਿਸੇ 'ਤੇ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਜੋ ਮੈਂ ਕੱਲ੍ਹ ਦੇਖਿਆ ਜੋ ਕੁਛ ਵੀ ਮੈਂ ਅਖਬਾਰ ਰਾਹੀਂ ਜਾਂ ਜੋ ਮੀਡੀਆ ਸੋਸ਼ਲ ਮੀਡੀਆ 'ਚ ਆ ਰਿਹਾ ਮੇਰਾ ਮੰਨਣਾ ਰਾਜਨੀਤਿਕ ਬੜਾ ਗੰਭੀਰ ਮੁੱਦਾ ਹੈ ਲੋਕਾਂ ਦੀ ਸੇਵਾ ਦਾ ਮੁੱਦਾ ਹੈ ਕੋਈ ਕਿਸੇ ਦੇ ਆਪਣੇ ਨਿੱਜੀ ਕੋਈ ਆ ਡਰਾਮਾ ਨਹੀਂ ਆ ਕੋਈ ਨੋਟੰਕੀ ਨਹੀਂ ਪਰ ਜਿਸ ਤਰ੍ਹਾਂ ਸਵੇਰੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਆ ਜਦੋਂ ਹੋਰ ਰੰਗ ਦੇ ਬਾਨਾ ਪਾ ਰੱਖਿਆ ਸੀਗਾ ਜਦੋਂ ਗੁਰਦਾਸਪੁਰ ਆਏ ਉਦੋਂ ਪਗੜੀ ਦਾ ਰੰਗ ਕੁਛ ਹੋਰ ਸੀਗਾ ਉਹਦੇ ਬਾਅਦ ਮੁੰਬਈ ਪਹੁੰਚੇ ਜਦੋਂ ਦਸਤਾਰ ਉਤਾਰਤੀ ਪਗੜੀ ਉਤਾਰ ਕੇ ਟੋਪੀ ਲਾ ਰੱਖੀ ਸੀ ਮੇਰਾ ਇੰਨਾ ਕਹਿਣਾ ਹੈ ਬੀਜੇਪੀ ਵਾਲੇ ਲੀਡਰਾਂ ਨੂੰ ਸਨੀ ਦਿਓਲ ਜੀ ਤਾਂ ਚਲੋ ਉਹਨਾਂ ਦਾ ਕੰਮ ਹੀ ਐਕਟਿੰਗ ਹੈ ਉਹ ਤਾਂ ਐਕਟਿੰਗ ਕਰਦੇ ਹੈ ਪਰ ਬੀਜੇਪੀ ਦੇ ਲੋਕਾਂ ਨੇ ਗੁਰਦਾਸਪੁਰ ਬੀਜੇਪੀ ਲੀਡਰਸ਼ਿਪ ਨੇ ਗੁਰਦਾਸਪੁਰ ਦੇ ਲੋਕਾਂ ਦਾ ਇਸ ਤਰ੍ਹਾਂ ਬਹੁਤ ਮੈਂ ਸਮਝਦਾ ਵੀ ਬੜਾ ਅਪਮਾਨ ਕੀਤਾ ਉਹਨਾਂ ਨੇ ਵੀ ਇਸ ਤਰ੍ਹਾਂ ਛਿਛੋਰੀ ਹਰਕਤਾਂ ਜਿਹੜੀਆਂ ਨਾ ਸ਼ੋਭਾ ਨਹੀਂ ਦਿੰਦੀਆਂ ਲੋਕ ਮੈਚੋਰ ਹੈ ਇੱਕ ਮੈਚੋਰ ਗੱਲ ਸੁਣਨਾ ਚਾਹੁੰਦੇ ਸੀ ਕੋਈ ਨਲਕੇ ਪਟਾਣ ਨੂੰ ਤਾਂ ਨਹੀਂ ਇੱਥੇ ਕੋਈ ਇਲੈਕਸ਼ਨ ਕਰਵਾਏ ਨਲਕੇ ਪਟਾਣ ਜਾਂ ਡਾਇਲੋਗ ਸੁਣਨ ਨੂੰ ਨਹੀਂ ਸਾਡੇ ਸ਼ਹੀਦਾਂ ਨੇ ਸਾਨੂੰ ਲੋਕਤੰਤਰ ਲੈ ਕੇ ਦਿੱਤਾ ਆਜ਼ਾਦੀ ਲੈ ਕੇ ਦਿੱਤੀ ਹੈ ਤਾਂ ਕਿ ਵੋਟ ਪਾਈਏ ਵੋਟ ਦਾ ਅਪਮਾਨ ਹੈ ਲੋਕਤੰਤਰ ਦਾ ਅਪਮਾਨ ਹੈ ਲੋਕਾਂ ਦਾ ਅਪਮਾਨ ਹੈ ਵੀ ਇਸ ਤਰ੍ਹਾਂ ਉਹਨਾਂ ਨੂੰ ਗੁੰਮਰਾਹ ਕਰ ਰਹੇ ਬਹਿਕਾ ਰਹੇ ਹੈ ਲੋਕਾਂ ਦਾ ਧਿਆਨ ਵੰਡਾ ਰਹੇ। ਹੁਣ ਗੱਲ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਦੀ ਕਰਦੇ ਹਾਂ। ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ ਮਸ਼ਹੂਰ ਬਾਲੀਵੁੱਡ ਅਦਾਕਾਰ ਸਨੀ ਦਿਓਲ ਗੁਰਦਾਸਪੁਰ ਪਹੁੰਚੇ ਰੈਲੀ ਨੂੰ ਸੰਬੋਧਨ ਕੀਤਾ। ਸਨੀ ਦਿਓਲ ਨੇ ਤਕਰੀਬਨ 4 ਕੁ ਮਿੰਟ ਗੁਰਦਾਸਪੁਰੀਆਂ ਨੂੰ ਸੰਬੋਧਨ ਕਰ ਦਿੱਤਾ ਅਤੇ ਕਿਹਾ ਕਿ ਸਿਆਸਤ ਦੀ ਉਹਨਾਂ ਨੂੰ ਕੋਈ ਸਮਝ ਹੀ ਨਹੀਂ। ਸਨੀ ਦਿਓਲ ਦੇ ਛੋਟੇ ਭਰਾ ਵੀ ਬੌਬੀ ਦਿਓਲ ਉਸ ਸਮੇਂ ਮੌਜੂਦ ਸਨ। ਸਨੀ ਦਿਓਲ ਨੇ ਆਪਣੇ ਛੋਟੇ ਭਾਸ਼ਣ ਦੇ ਵਿੱਚ ਫਿਲਮੀ ਡਾਇਲੋਗਸ ਦੀ ਭਰਪੂਰ ਵਰਤੋਂ ਕੀਤੀ। ਸਨੀ ਨੇ ਸੰਬੋਧਨ 'ਚ ਕਿਹਾ ਕਿ ਹਿੰਦੁਸਤਾਨ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ। ਅਦਾਕਾਰ ਨੇ ਮੋਦੀ ਦੀ ਜਿੱਤ ਨੂੰ ਯਕੀਨੀ ਦੱਸਿਆ ਅਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
ਫਿਲਮੀ ਡਾਇਲੌਗ ਬੋਲ ਕੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨ ਦੇ ਮਗਰੋਂ ਸਨੀ ਦਿਓਲ ਨੇ ਕਿਹਾ ਕਿ ਉਹਨਾਂ ਨੂੰ ਰਾਜਨੀਤੀ ਦਾ ਕੁਝ ਪਤਾ ਹੀ ਨਹੀਂ ਪਰ ਉਹ ਲੋਕਾਂ ਨਾਲ ਵਾਅਦਾ ਜ਼ਰੂਰ ਕਰਨ ਆਏ ਨੇ ਕਿ ਲੋਕਾਂ ਨੂੰ ਆਪਣੇ ਨਾਲ ਜੋੜਨਗੇ ਅਤੇ ਕਿਹਾ ਕਿ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ। ਸਨੀ ਦਿਓਲ ਨੇ ਆਪਣੇ ਸਾਰੇ ਹੀ ਭਾਸ਼ਣ ਦੇ ਵਿੱਚ ਫਿਲਮੀ ਡਾਇਲੌਗਸ ਦੀ ਭਰਪੂਰ ਵਰਤੋਂ ਕੀਤੀ ਅਤੇ ਗੁਰਦਾਸਪੁਰੀਆਂ ਨੂੰ ਕਿਹਾ ਕਿ ਮੈਂ ਤੁਹਾਡਾ ਹਾਂ ਤੇ ਹੋਰ ਕਿਤੇ ਨਹੀਂ ਜਾਵਾਂਗਾ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਵੱਲੋਂ ਲਾਲ ਚੰਦ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਜਿੱਤ ਦਾ ਭਰੋਸਾ ਜਤਾਇਆ ਜਾ ਰਿਹਾ ਹੈ। ਜਿੱਥੇ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਵਿਕਾਸ ਦੇ ਮੁੱਦੇ ਚੱਕੇ ਜਾ ਰਹੇ ਨੇ ਉੱਥੇ ਹੀ ਲਾਲ ਚੰਦ ਦਾ ਕਹਿਣਾ ਹੈ ਕਿ ਗੁਰਦਾਸਪੁਰੀਆਂ ਦਾ ਸਵੈ ਮਾਨ ਉੱਚਾ ਚੁੱਕਣਾ ਉਹਨਾਂ ਦਾ ਮੇਨ ਮੁੱਦਾ ਹੈ ਅਤੇ ਨਾਲ ਹੀ ਵਿਰੋਧੀਆਂ ਤੇ ਤੰਜ ਕੱਸਦਿਆਂ ਕਹਿ ਦਿੱਤਾ ਹੈ ਕਿ ਪਾਰਟੀ ਨੇ ਅਜਿਹੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਨ੍ਹਾਂ ਦਾ ਕੋਈ ਸਰੋਕਾਰ ਹੀ ਨਹੀਂ। ਲਾਲ ਚੰਦ ਦਾ ਕਹਿਣਾ ਹੈ ਕਿ ਉਹ ਗੁਰਦਾਸਪੁਰਿਆਂ ਦਿਲ ਤੱਕ ਆਪਣੀ ਪਹੁੰਚ ਬਣਾ ਚੁੱਕੇ ਨੇ ਅਤੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਪੀੜੀਏ ਦੇ ਜ਼ਰੀਏ ਪੰਜਾਬ ਦਿਨੋ ਦਿਨ ਬਦਲ ਰਿਹਾ। ਉਹਨਾਂ ਆਖ ਦਿੱਤਾ ਹੈ ਕਿ ਉਹਨਾਂ ਦਾ ਮੁਕਾਬਲਾ ਬਹੁਤ ਕਠਿਨ ਹੈ ਪਰ ਸਾਰੀਆਂ ਹੀ ਪਾਰਟੀਆਂ ਕੋਲ ਵੱਖਰੇ ਵੱਖਰੇ ਸਾਧਨ ਨੇ ਚੋਣਾਂ ਜਿੱਤਣ ਦੇ ਤੇ ਉਹ 10 ਨੋਹਾਂ ਦੀ ਕਿਰਤ ਕਰਕੇ ਚੋਣ ਜਿੱਤਣਗੇ। ਲਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀ ਪਾਰਟੀਆਂ ਦਾ ਸਾਥ ਛੱਡ ਕੇ ਉਹਨਾਂ ਨੂੰ ਸਪੋਰਟ ਕਰਨ। ਜਿਹੜੇ ਜਿਨ੍ਹਾਂ ਦਾ ਗੁਰਦਾਸਪੁਰ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ, ਅੰਦਾਜ਼ਾ ਕਰੋ 15,22,000 ਗੁਰਦਾਸਪੁਰ ਦੇ ਵੋਟਰਾਂ ਦੇ ਵਿੱਚੋਂ ਦੋਵੇਂ ਰਵਾਇਤੀ ਪਾਰਟੀਆਂ ਨੂੰ ਕੈਂਡੀਡੇਟ ਬਾਹਰੋਂ ਚੱਕੇ ਤੇ ਲਿਆਉਣੇ ਪੈ ਰਹੇ ਆ, ਸਾਡੇ ਤੇ ਥੋਪੇ ਜਾ ਰਹੇ। ਔਰ ਮੈਂ ਉਮੀਦ ਕਰਦਾ ਜਿੱਦਾਂ ਗੁਰਦਾਸਪੁਰ ਦੇ ਲੋਕਾਂ ਦਾ ਸਵੈ ਮਨ ਜਾਗ ਰਿਹਾ, ਜਿਵੇਂ ਗੁਰਦਾਸਪੁਰ ਦੇ ਲੋਕ ਪਿੰਡ ਪਿੰਡ ਜਲਸੇ ਰੈਲੀਆਂ ਕਰ ਰਹੇ ਆ, ਅਸੀਂ ਗੁਰਦਾਸਪੁਰ ਦੇ ਲੋਕਾਂ ਦਾ ਸਵੈ ਮਨ ਜਗਾ ਕੇ ਇੱਕ ਵਾਰ ਇਹ ਸਾਬਤ ਕਰਨਾ ਚਾਹੁੰਦੇ ਹਾਂ ਇਹ ਗੁਰਦਾਸਪੁਰ ਦੇ ਲੋਕ, ਮਾਝੇ ਦੇ ਲੋਕ ਜਿਨ੍ਹਾਂ ਨੇ ਤੇਜਾ ਸਿੰਘ ਸੁਤੰਤਰ ਨੂੰ ਪੈਦਾ ਕੀਤਾ ਆ, ਇਹ ਮਾਝੇ ਅਤੇ ਗੁਰਦਾਸਪੁਰ ਦੇ ਲੋਕ ਜਿਨ੍ਹਾਂ ਨੇ ਇੱਥੇ ਹਾਕਮਾਂ ਦਾ ਹਰ ਘੜੀ ਹਰ ਮੋੜ ਦੇ ਉੱਤੇ ਟੱਕਰ ਦਿੱਤੀ ਆ, ਮੁਕਾਬਲਾ ਕੀਤਾ ਆ। ਇਸ ਵਾਰ ਮੈਂ ਉਮੀਦ ਕਰਦਾ ਨਾ ਅਬੋਹਰ ਵਾਲੇ ਜਿੱਤਣਗੇ, ਨਾ ਇਹ ਬਾਲੀਵੁੱਡ ਦੇ ਸਟਾਰ ਜਿੱਤਣਗੇ, ਇਸ ਵਾਰ ਗੁਰਦਾਸਪੁਰੀ ਜਿੱਤਣਗੇ, ਗੁਰਦਾਸਪੁਰ ਦੇ ਲੋਕ ਜਿੱਤਣਗੇ। ਇਹ ਉਮੀਦ ਕਰਦਾ ਹੋਇਆ ਮੈਂ ਪਿੰਡ ਪਿੰਡ ਜਾ ਰਿਹਾ, ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਦੁਬਾਰਾ ਜਿਹੜੇ ਇੱਥੇ ਆਏ ਲੋਕ ਨੇ ਸੈਂਕੜਿਆਂ ਦੀ ਗਿਣਤੀ 'ਚ ਐਡਾ ਵੱਡਾ ਸਾਡਾ ਇਕੱਠ ਹੋਇਆ, ਉਹਨਾਂ ਨੂੰ ਧੰਨਵਾਦ ਕਰਨਾ ਔਰ ਇਹ ਅਪੀਲ ਕਰਦਾ ਗੁਰਦਾਸਪੁਰ ਦੇ ਲੋਕਾਂ ਨੂੰ, ਆਓ ਇੱਕ ਵਾਰ ਤਕੜੇ ਹੋ ਕੇ ਅਸੀਂ ਹਮਲਾ ਮਾਰੀਏ। ਔਰ ਮੈਂ ਕੋਈ ਝੂਠਾ ਵਾਅਦਾ ਕਰਨ ਦੀ ਥਾਂ ਇਹੀ ਕਹਾਂਗਾ ਵੀ ਗੁਰਦਾਸਪੁਰ ਦੇ ਲੋਕਾਂ ਦਾ ਸਵੈ ਮਾਨ ਉੱਚਾ ਕਰਾਂਗਾ, ਸਿਰ ਉੱਚਾ ਕਰਾਂਗਾ ਪਾਰਲੀਮੈਂਟ ਦੇ ਅੰਦਰ ਜਾ ਕੇ। ਇਹ ਮੈਂ ਉਹਨਾਂ ਨੂੰ ਜਿਹੜੇ ਭਰੋਸਾ ਦਿਵਾਉਣਾ ਚਾਹੁੰਦਾ, ਉਮੀਦ ਕਰਦਾ ਗੁਰਦਾਸਪੁਰ ਦੇ ਲੋਕ ਇਸ ਵਾਰ ਬਦਲਾਵ ਦੇ ਪੱਖ 'ਚ ਜਿੱਦਾਂ ਲੱਗੇ ਆ, ਲਾਜ਼ਮੀ ਤੌਰ 'ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ। ਧੰਨਵਾਦ। ਅਤੇ ਆਪ ਨੇ ਜਿਸ ਉਮੀਦਵਾਰ ਨੂੰ ਚੁਣੌਤੀ ਦੇਣ ਲਈ ਵਿਰੋਧੀਆਂ ਦੇ ਸਾਹਮਣੇ ਖੜਾ ਕੀਤਾ ਉਹ ਨੇ ਪੀਟਰ ਮਸੀਹ।
ਤੇ ਪੀਟਰ ਮਸੀਹ ਕਿਹੜੇ ਕਿਹੜੇ ਮੁੱਦੇ ਲੈ ਕੇ ਚੋਣਾਂ ਦੇ ਵਿੱਚ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੇਨ ਮੁੱਦੇ ਭ੍ਰਿਸ਼ਟਾਚਾਰ, ਐਜੂਕੇਸ਼ਨ, ਸਿਹਤ ਨੇ, ਜਿਨ੍ਹਾਂ ਦੇ ਆਧਾਰ ਤੇ ਲੋਕਾਂ ਕੋਲ ਵੋਟਾਂ ਮੰਗਣ ਜਾਣਗੇ ਅਤੇ ਲੋਕਾਂ ਕੋਲ ਵੋਟਾਂ ਮੰਗ ਕੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਵੀ ਸਾਧੇ। ਉਹਨਾਂ ਨੇ ਕਿਹਾ ਕਿ ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਮੁੱਦਿਆਂ ਦੀ ਗੱਲ ਕਰਦੀਆਂ ਨੇ ਪਰ ਹਕੀਕਤ ਕੋਹਾਂ ਦੂਰ ਹੈ। ਪੀਟਰ ਦਾ ਕਹਿਣਾ ਹੈ ਕਿ ਸਾਰੀਆਂ ਹੀ ਪਾਰਟੀਆਂ ਕਮਜ਼ੋਰ ਹੋ ਸਕਦੀਆਂ ਨੇ ਪਰ ਲੋਕ ਕਮਜ਼ੋਰ ਨਹੀਂ ਹੁੰਦੇ ਕਿਉਂਕਿ ਉਹੀ ਪਾਰਟੀਆਂ ਨੂੰ ਜਿੱਤ ਦਿਵਾਉਂਦੇ ਨੇ ਅਤੇ ਦੋਵੇਂ ਹੀ ਰਵਾਇਤੀ ਪਾਰਟੀਆਂ ਤੋਂ ਲੋਕ ਪੂਰੀ ਤਰ੍ਹਾਂ ਅੱਕੇ ਹੋਏ ਨੇ। ਮੋਦੀ ਸਰਕਾਰ ਨੇ GST ਨੋਟਬੰਦੀ ਕਰਕੇ ਸਭ ਨੂੰ ਪਛਾੜ ਦਿੱਤਾ ਤੇ ਰਹੀ ਕੈਪਟਨ ਸਰਕਾਰ ਦੀ ਗੱਲ, ਬਾਕੀ ਕਸਰ ਉਹਨਾਂ ਨੇ ਪੂਰੀ ਕਰ ਦਿੱਤੀ। ਸਿਆਸਤ ਦੇ ਉੱਪਰ ਕਿਸੇ ਨੇ ਬਹੁਤ ਸੋਹਣਾ ਲਿਖਿਆ, ਕੁਝ ਲੋਕੋਂਗੇ ਮੂੰਹ ਸੇ ਮੈਨੇ ਸੁਣਾ ਹੈ, ਝੂਠ ਕਿਆ ਹੋਤਾ ਹੈ, ਵੋ ਰਾਜਨੀਤੀ ਸੇ ਪਤਾ ਚਲਾ ਹੈ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾਧੀ ਅਤੇ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ। ਨਾ ਤਾਂ ਨਸ਼ਾ ਖਤਮ ਹੋਇਆ ਪਰ ਮਾਵਾਂ ਦੇ ਪੁੱਤ ਨਸ਼ੇ ਕਰਕੇ ਜ਼ਰੂਰ ਖਤਮ ਹੋ ਰਹੇ ਨੇ, ਇਹ ਕਹਿਣਾ ਹੈ ਪੀਟਰ ਮਸੀਹ ਦਾ। ਹੋਰ ਕੀ ਕਿਹਾ ਉਹਨਾਂ ਉਹ ਵੀ ਸੁਣ ਲੈਂਦੇ ਹਾਂ। ਸਾਡੀ ਜਿਹੜੀ ਇਲੈਕਸ਼ਨ ਦੇ ਮੁੱਦੇ ਨੇ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਐਜੂਕੇਸ਼ਨ ਅਤੇ ਹੈਲਥ ਨੂੰ ਲੈ ਕੇ ਆ, ਔਰ ਸਾਡੇ ਜਿਹੜੀ ਲੜਾਈ ਲੜਨ ਦਾ ਜਿਹੜਾ ਕਾਰਨ ਆ ਉਹ ਇਹੋ ਹੀ ਆ ਕਿ ਬੇਸ਼ੱਕ ਅੱਜ ਤੱਕ ਸਾਰੀਆਂ ਪਾਰਟੀਆਂ ਇਹੋ ਹੀ ਮੁੱਦਿਆਂ ਦੀ ਗੱਲ ਕਰਦੀਆਂ ਨੇ ਪਰ ਇਹ ਪ੍ਰੈਕਟੀਕਲ ਨਹੀਂ ਕਰਦੀਆਂ, ਇਹ ਸਿਰਫ ਗੱਲਾਂ ਕਰਕੇ ਇਲੈਕਸ਼ਨ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦਾ ਜਿਹੜਾ ਵਾ ਰੁਝਾਨ ਆਪਣੇ ਕਾਰੋਬਾਰਾਂ 'ਚ, ਆਪਣੇ ਰਿਸ਼ਤੇਦਾਰਾਂ ਨੂੰ ਸਟੈਂਡ ਕਰਨ 'ਚ ਇਸ ਪਾਸੇ ਚੱਲ ਜਾਂਦਾ, ਪਰ ਸਾਡੀ ਆਮ ਆਦਮੀ ਪਾਰਟੀ ਜਿਹੜੇ ਮੁੱਦਿਆਂ ਦੀ ਗੱਲ ਕਰੇਗੀ ਉਹ ਚੋਣ ਜਿੱਤੋਂ ਤੋਂ ਬਾਅਦ ਪ੍ਰੈਕਟੀਕਲੀ ਵੀ ਲੋਕਾਂ ਦੇ ਵਿੱਚ ਉਹੀ ਕੰਮ ਕੀਤੇ। ਸਾਡੀ ਪਾਰਟੀ 'ਚ ਕੋਈ ਲੜਾਈ ਨਹੀਂ ਹੈ ਜੀ, ਮੈਂ ਸਮਝਦਾ ਜੀ ਸਾਡੇ ਜਿਹੜੇ ਸੁਪਰੀਮੋ ਨੇ ਕੇਰੀਵਾਲ ਸਾਹਿਬ ਔਰ ਸਾਡੀ ਜਿਹੜੀ ਪੰਜਾਬ ਦੀ ਇਸ ਵੇਲੇ ਕਮਾਂਡ ਆ ਮਾਨ ਸਾਹਿਬ ਜਿਹੜੇ ਬੜੇ ਸੁਲਝੇ ਹੋਏ ਔਰ ਬੜੇ ਵਧੀਆ ਤਰੀਕੇ ਦੇ ਨਾਲ ਹਰ ਵਲੰਟੀਅਰ ਦੀ ਗਰਾਊਂਡ ਲੈਵਲ ਦੇ ਨਾਲ ਉਹ ਜੁੜੇ ਨੇ। ਜਿਹੜੀ ਪਾਰਟੀ ਦੇ ਵਿੱਚ ਸਾਡੇ ਕੁਰਸੀ ਦੇ ਲਾਲਚੀ ਲੋਕ ਆਏ ਸੀ ਅੱਜ ਉਹ ਹੀ ਪਾਰਟੀ ਨੂੰ ਛੱਡ ਕੇ ਗਏ ਨੇ, ਪਰ ਸਾਡੇ ਜਿਹੜੇ ਵਲੰਟੀਅਰ ਨੇ ਅੱਜ ਵੀ ਪਿੰਡ 'ਚ ਗਲੀ ਗਲੀ 'ਚ ਉਹ ਪੂਰੇ ਜੋਸ਼ ਦੇ ਨਾਲ ਔਰ ਪੂਰੇ ਦਿਲ ਦੇ ਨਾਲ ਪਾਰਟੀ ਲਈ ਕੰਮ ਕਰ ਰਹੇ ਨੇ ਔਰ ਸਾਨੂੰ ਇਹਨਾਂ ਨੇ ਜਾਣ ਦਾ ਕੋਈ ਦੁੱਖ ਨਹੀਂ ਆ। ਮੈਂ ਸਮਝਦਾ ਸਾਡੀ ਪਾਰਟੀ ਲਈ ਫਾਇਦਾ ਹੀ ਹੋਇਆ ਵਾ ਕਿਉਂਕਿ ਵਾਕਈ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹ ਆਮ ਲੋਕਾਂ ਦੀ ਰਹਿ ਗਈ। ਅਸੀਂ ਗੁਰਦਾਸਪੁਰ ਦੇ ਸਾਰੇ ਉਮੀਦਵਾਰਾਂ ਨੂੰ ਸੁਣਿਆ ਅਤੇ ਸਾਰਿਆਂ ਵੱਲੋਂ ਇੱਕ ਦੂਸਰੇ ਤੇ ਆਰੋਪ ਪ੍ਰਤੀਆਰੋਪ ਲਗਾਏ ਜਾ ਰਹੇ ਨੇ ਤੇ ਵਿਕਾਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਜਿੱਤ ਦਾ ਦਾਅਵਾ ਕਰ ਰਹੇ ਨੇ, ਪਰ ਜਿੱਤ ਤਾਂ ਕਿਸੇ ਇੱਕ ਦੀ ਹੋਵੇਗੀ ਤੇ ਉਸਦਾ ਪਤਾ 23 ਮਈ ਨੂੰ ਲੱਗੇਗਾ। ਪਰ ਆਪਣੇ ਆਪ ਨੂੰ ਕਮਜ਼ੋਰ ਕੋਈ ਵੀ ਨਹੀਂ ਆਖ ਰਿਹਾ, ਕੋਈ ਕਿਸੇ ਨੂੰ ਆਪਣੇ ਆਪ ਤੋਂ ਘੱਟ ਨਹੀਂ ਸਮਝ ਰਿਹਾ, ਪਰ ਲੋਕਾਂ ਵੱਲੋਂ ਵੀ ਸਾਰਿਆਂ ਦੀ ਨਬਜ਼ ਟਟੋਲੀ ਜਾ ਰਹੀ ਹੈ। ਇੱਕ ਗੱਲ ਜ਼ਰੂਰ ਹੈ ਕਿ ਜਨਤਾ ਇਸ ਵਾਰ ਕਿਸੇ ਦੇ ਲਾਰਿਆਂ 'ਚ ਨਹੀਂ ਆਵੇਗੀ, ਨਾ ਹੀ ਝੂਠੀਆਂ ਸਹੁੰ ਖਾਣ ਵਾਲਿਆਂ ਦੇ ਅਤੇ ਨਾ ਹੀ ਬਾਲੀਵੁੱਡ ਅਦਾਕਾਰਾਂ ਦੇ। ਲੋਕ ਉਹੀ ਚਾਹਣਗੇ ਜੋ ਉਹਨਾਂ ਦੇ ਲਈ ਸਹੀ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਗੁਰਦਾਸਪੁਰੀਆਂ ਦੇ ਦਿਲ ਤੱਕ ਪਹੁੰਚ ਕੌਣ ਪਹੁੰਚਾਉਂਦਾ ਹੈ ਅਤੇ ਗੁਰਦਾਸਪੁਰੀਆਂ ਦੇ ਦਿਲ 'ਤੇ ਰਾਜ ਕੌਣ ਕਰੇਗਾ। ਇਸ ਦਾ ਪਤਾ ਤਾਂ 23 ਮਈ ਨੂੰ ਹੀ ਲੱਗੇਗਾ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਅਕਾਲ ਚੈਨਲ। ਇੱਕ ਹੋਰ ਲੋਕ ਸਭਾ ਸੀਟ ਨਾਲ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੇ ਇਜਾਜ਼ਤ। ਧੰਨਵਾਦ।